ਜਿਹੜਾ ਓਪੋਜੀਸ਼ਨ 'ਚ ਬੈਠ ਕੇ ਜੋ ਰੋਲ ਪੰਜਾਬ ਲਈ ਪਲੇ ਕਰ ਸਕਦਾ ਜਾਂ ਕੰਟਰੀ ਲਈ ਰੋਲ ਪਲੇ ਕੀਤਾ ਜਾ ਸਕਦਾ ਉਹ ਗਵਰਨਮੈਂਟ ਨਾਲ ਵੱਧ ਓਪੋਜੀਸ਼ਨ 'ਚ ਵੀ ਕੀਤਾ ਜਾ ਸਕਦਾ। ਗਵਰਨਮੈਂਟ ਦੇ ਇਹ ਜ਼ਰੂਰ ਹੈ ਕਿ ਇਹ ਜਿਹੜਾ ਮੈਂਡੇਟ ਏਡਾ ਜ਼ਬਰਦਸਤ ਇਹਨਾਂ ਨੂੰ ਮੈਂਡੇਟ ਮਿਲਿਆ ਉਹਦੇ ਲਈ ਹੀ ਇਹ ਪਲੇ ਕਰਦਾ ਮੈਂ ਕਿ ਜੋ ਲੋਕਾਂ ਨੇ ਇਹਨਾਂ 'ਤੇ ਵਿਸ਼ਵਾਸ ਜੋ ਇਹਨਾਂ ਨੇ ਗਰੰਟੀਆਂ ਦਿੱਤੀਆਂ ਨੇ ਅਤੇ ਉਹਨਾਂ ਗਰੰਟੀਆਂ ਨੂੰ ਪੂਰਾ ਕਰਨ ਔਰ ਲੋਕਾਂ ਦੇ ਜੋ ਵਾਅਦੇ ਕਰਕੇ ਆਏ ਉਹਨਾਂ ਨੂੰ ਜਿਹੜੀ ਹੈ ਇੱਕ ਦੋ ਸੈਸ਼ਨ ਜਿਹੜਾ ਫਸਟ ਸੈਸ਼ਨ ਹੈ ਇਹਦੇ 'ਚ ਇਹਨਾਂ ਨੂੰ ਅਨਾਊਂਸਮੈਂਟ ਕਰਨੀ ਚਾਹੀਦੀ ਹੈ ਜੋ ਇਹ ਕਹਿ ਕੇ ਆਏ ਨੇ। ਪਰ ਇਹ ਜ਼ਰੂਰ ਹੈ ਕਿ ਜੋ ਹਾਈਕਮਾਂਡ ਜਿਸ ਨੂੰ ਅਪੁਆਇੰਟ ਕਰੇਗੀ ਉਹ ਪਹਿਲੀਆਂ ਗਲਤੀਆਂ ਨਹੀਂ ਦੁਹਰਾਈਆਂ ਜਾਣਗੀਆਂ, ਇੱਕ ਦੂਜੇ ਦੀ ਲੱਤ ਨਹੀਂ ਖਿੱਚੀ ਜਾਏਗੀ। ਨਹੀਂ ਬਿਲਕੁਲ, ਨਵਜੋਤ ਸਿੰਘ ਸਿੱਧੂ ਨੂੰ ਆਪ ਹੀ ਦੇ ਦੇਣਾ ਚਾਹੀਦਾ ਸੀ ਜਿਹੜੀਆਂ ਐਥਿਕਸ ਦੀਆਂ ਗੱਲਾਂ ਕਰਨੀਆਂ, ਮੋਰਲ ਦੀਆਂ ਗੱਲਾਂ ਕਰਨੀਆਂ। ਉਹ ਜਿਹੜੇ ਕਿ ਜਿਹੜੇ ਉੱਪਰਲੇ ਸੀਗੇ ਉਹਨਾਂ ਨੂੰ ਆਪਣੀ ਹਾਰ ਜਿਹੜੀ ਹੈ ਜਿਨ੍ਹਾਂ ਨੇ ਕੋਲ ਕਮਾਂਡ ਸੀਗੀ ਉਹਨਾਂ ਨੂੰ ਮੋਰਲ ਜਿਹੜੀ ਹੈਗੀ ਆ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਮੁੱਦੇ ਚੱਕਣੇ ਤਾਂ ਇਹ ਪੰਜਾਬ ਦੇ ਜੋ ਮੁੱਦੇ ਹਲੇ ਪਏ ਨੇ ਇਹ ਤਾਂ ਜਿਹੜੇ ਬਣੇ ਆ ਇਸੇ ਕਰਕੇ ਮੁੱਦੇ ਚੱਕਣ ਲਈ ਲੋਕਾਂ ਨੇ ਭੇਜਿਆ ਸਾਨੂੰ।